ਹੈਲੋ ਐਂਡ ਵੈਲਕਮ ਗਾਇਸ, ਕਵੇਂ ਆਈ ਹੋਪ ਤੁਸੀਂ ਸਾਰੇ ਘੈਂਟ ਹੋਗੇ ਤੇ ਗਾਇਸ ਆਪਾਂ ਪੂਰੇ ਘੈਂਟ ਆ। ਹਾਂ ਕਵੇਂ ਆ ਚੋਬਰਾ, ਟੋਚ ਵਾਲੇ ਮੁੰਡੇ ਆ ਗਏ ਨੇ, ਹੈਂ ਕੀ ਹਾਲ ਚਾਲ ਹੈ? ਠੀਕ ਹੈ। ਤੇ ਮਿੱਤਰੋ ਅੱਜ ਆਪਾਂ ਨੂੰ ਕੰਮ ਹੈਗਾ ਬਾਹਲੇ, ਇੱਕ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਚੀਜ਼ ਦਿਖਾਉਂਦੇ ਹਾਂ ਜਿਹੜੀ ਹੋਈ ਆ। ਚਲੋ ਕੋਈ ਗੱਲ ਨਹੀਂ, ਹੈ ਨਾ, ਲੱਗਣ ਵਾਲੇ ਲੱਗੀ ਵੀ ਜਾਂਦੇ, ਪਰ ਆਹ ਕੰਮ ਤਾਂ ਨਾ ਕਰਿਆ ਕਰੋ ਯਾਰ। ਲਾਈਟਾਂ ਕਾਹਤੋਂ ਪੱਟ ਕੇ ਲੈ ਗਏ, ਇਹਦੇ ਨਾਲ ਕੀ ਕਸੂਰ ਹੈ? ਸਾਡੇ ਨਾਲ ਲੜ ਪਓ, ਥਪੜੋ ਥਪੜੀ ਹੋ ਜਾਓ, ਪਰ ਐਂ ਤਾਂ ਨਾ ਕਰੋ, ਲਾਈਟਾਂ ਲੁੱਟਾਂ ਤਾਂ ਨਾ ਪੱਟਿਆ ਕਰੋ ਯਾਰ। ਬੰਦਾ ਮਹਾਂ ਲਵਾ ਕੇ ਲਿਆਉਂਦਾ, ਹੁਣ ਥਾਪਰ ਭੈਣ ਨਾਲ ਇੱਥੋਂ 180 ਕਿਲੋਮੀਟਰ ਆ, ਨੇੜੇ ਤੇੜੇ ਹੁੰਦਾ ਤਾਂ ਥਾਪਰ ਨੂੰ ਕਹਿ ਦਿੰਦੇ ਬਾਈ ਲਾਈਟਾਂ ਬਣਾ ਕੇ ਭੇਜ ਦੇ, ਹਨਾ। ਮੈਂ ਕਿਹਾ ਜੇ ਕਿਸੇ ਨੂੰ ਗੁੱਸਾ, ਮੇਰੇ ਨਾਲ ਥਪੜੋ ਥਪੜੀ ਹੋ ਜਾਓ, ਲਾਈਟਾਂ ਦਾ ਨਾ ਪੱਟ ਕੇ ਲਿਆਓ। 3-4 ਪੱਟ ਕੇ ਲੈ ਗਿਆ ਕੋਈ ਭੈਣ ਚੋਦ, ਆਹ ਦੇਖ ਲੈ ਲੈ, ਇਹਦੇ ਤੋਂ ਇਹਦੇ ਤੇ ਇੰਨਾ ਖਿੱਚੀਆਂ ਵੀ ਆਈ ਆ, ਦੇਖ ਲੈ ਏਡੇ ਫੁੱਦੂ ਆ ਕਈ ਲਿਖਣਾ ਯਾਰ। ਚਲੋ ਬਾਈ, ਜੇ ਤਾਂ ਤੂੰ ਮੇਰੇ ਸਾਹਮਣੇ ਪੱਟੀਆਂ ਹੁੰਦੀਆਂ ਤਾਂ ਭੈਣ ਦੇ ਨਾਲ ਤੂੰ ਬਚਣਾ ਨਹੀਂ, ਦੇਖ ਲੈਂਦੇ। ਹਾਂ ਫਿਰ ਤਾਂ ਥਪੜੋ ਥਪੜੀ ਹੋ ਜਾਣਾ ਹੀ ਕੰਮ ਹੈ। ਚੱਲ ਜਿੰਨੀ ਕੁ ਤੇਰੀ ਸੇਵਾ ਪਾਣੀ ਹੋ ਗਈ ਆ, ਸਹੀ ਆ ਕੰਮ। ਮੈਕੂ ਏ ਕਿੱਦਣ ਚੱਲ ਗਏ, ਕਿਹੜਾ ਆ ਜਾਂਦੇ ਇੱਥੇ ਟਰੈਕਟਰ ਕੋਲੇ, ਚਾਚੇ ਵਰਗਿਆਂ ਨੂੰ ਫਿਰ ਜਾਂਦੇ ਆ। ਮਿੱਤਰੋ ਇਕੱਠ ਬਾਹਲਾ ਹੋਇਆ ਪਿਆ ਟਰੈਕਟਰ ਕੋਲੇ, ਤੇ ਕੋਈ ਲਾਈਟਾਂ ਲੁੱਟਾਂ ਪੱਟ ਕੇ ਐਂ ਯਾਰ ਕਰਨਾ ਨਹੀਂ ਚਾਹੀਦਾ। ਚਲੋ ਕੋਈ ਗੱਲ ਨਹੀਂ, ਗੁੱਲਾ ਵੀ ਦਿਖਾਤਾ ਹੈ ਟਰੈਕਟਰ ਦਾ, ਹੋਕ ਵੀ ਦਿਖਾ ਦੇ। ਸਹੀ ਆ ਸਹੀ ਆ। ਕਿਹੜਾ ਪਿੰਡ ਬਾਈ ਤੁਹਾਡਾ? ਐਰਮਾ, ਉਹਦੇ ਵਾਲਾ ਸਤਨਾਮ ਵਾਲਾ, ਸਤਨਾਮ ਵੀ ਆਇਆ ਹਨਾ, ਤੁਸੀਂ ਉਹਦੇ ਨਾਲ ਆਏ ਕਿ ਅੱਡ ਆਏ ਆ? ਅੱਛਾ ਅੱਛਾ ਠੀਕ ਆ, ਉਹ ਵੀ ਇੱਥੇ ਹੀ ਹੋਊ ਕਿਤੇ, ਤੁਰਿਆ ਫਿਰਦਾ ਧੱਕੇ ਖਾਂਦਾ ਸਾਡੇ ਵਰਗੇ ਕਿ ਨਹੀਂ। ਨਗਰ ਕੀਰਤਨ ਜੀ, ਦਰਸ਼ਨ ਕਰੋ ਸਾਰੇ ਜਣੇ। ਮਿੱਤਰੋ ਕਹਿੰਦੇ ਆਲੂ ਵਾਲੇ ਜਾਚਾ ਵਾਓ, ਆਲੂ ਵਾਲੇ ਪਰੌਂਠੇ ਚੱਲ ਰਹੇ ਨੇ, ਲੈ ਖੀਰ ਵੀ ਆ ਗਈ ਬਾਈ, ਕਿਉਂ ਗੱਲਬਾਤ ਐਂ ਡੈ ਬਾਈ? ਆ ਛੋਟੀ ਕੌਲੀ 'ਚ ਪਾ ਦੀ ਥੋੜ੍ਹੀ ਬਾ, ਕੀ ਹਾਲ ਚਾਲ ਹੈ? ਖੀਰ ਹੋਰ ਪਵਾ ਲੈਂਦਾ ਥੋੜ੍ਹੀ ਜੀ, ਵੱਧ ਪਾ ਗਿਆ ਯਾਰ, ਛੋਟੀ ਕੌਲੀ 'ਚ ਗਿਆ ਸੀ। ਲਓ ਬਾਈ ਗਾਇਸ, ਕਹਿੰਦੇ ਅੱਜ ਪੱਗ ਬੰਨ ਲਈ, ਗੁੱਲੀ ਨੇ ਬੰਨ ਕੇ ਦਿੱਤੀ, ਤੁਹਾਨੂੰ ਪਤਾ ਆਪਾਂ ਨੂੰ ਤਾਂ ਕਿੱਥੇ ਬੰਨਣੀ ਹੁੰਦੀ, ਆਪਾਂ ਤਾਂ ਗੋਲ ਜਾਂ ਦਮਾਲਾ ਹੀ ਬੰਨਣਾ ਆਉਂਦਾ ਕਿ ਨਹੀਂ, ਹੈਂ ਚਾਚਾ? ਚਾਚਾ ਵੀ ਕਹਿੰਦੇ ਦਮਾਲਾ ਬੰਨ ਕੇ ਗੋਲ, ਅੱਜ ਠੀਕ ਆ, ਅੱਜ ਧੁੱਪ ਜੀ ਨਿਕਲੀ ਚੰਗੀ ਹੈ ਨਾ, ਕੱਲ੍ਹ ਥੋੜ੍ਹੀ ਘੱਟ ਸੀਗੀ, ਅੱਜ ਦੀ ਦੀ ਵਾਧ ਆ, ਕੱਲ੍ਹ ਦਹੀਂ ਦਾ ਘੱਟ ਸੀਗਾ, ਅਤੇ ਅੱਜ ਆਪਾਂ ਚੱਲੀਏ ਬਾਜ਼ਾਰ ਬਜ਼ੂਰ ਗੇੜਾ ਗੁੜਾ ਕੱਢ ਕੇ ਆਉਂਦੇ ਹਾਂ। ਹਾਂ ਹੋਰ ਬਾਈ, ਕੀ ਹਾਲ ਚਾਲ ਆ? ਠੀਕ ਆ ਸਾਰਿਆਂ ਦੇ? ਸਹੀ ਆ। ਮਿੱਤਰੋ ਅੱਜ ਦੇਖਦੇ ਹਾਂ ਕਿਹੜਾ ਕੁੜਾ ਕੱਢਦੇ ਆ, ਤੁਹਾਨੂੰ ਵੀ ਦਿਖਾਉਂਦੇ ਹਾਂ ਸਰ ਕੁਝ, ਅਤੇ ਬਾਕੀ ਕੰਮ ਲੂਟ ਆ। ਮੂੰਗਫਲੀ ਤਾਂ ਲੰਗਰ ਲੱਗਿਆ ਸੀਗਾ ਅਸੀਂ, ਫਿਰ ਉੱਥੋਂ ਵਾਹਵਾ ਸਾਰੀ ਲਿਆਂਦੀ ਕੱਟ ਕੇ, ਲਓ ਬਾਈ ਗਾਇਸ ਹੁਣ ਚੱਲਦੇ ਹਾਂ, ਅਤੇ ਤੁਹਾਨੂੰ ਦਿਖਾ ਕੇ ਲਿਆਵਾਂਗੇ ਇੱਕ ਤਾਂ ਹਵੇਲੀ ਜਿਹੜੀ ਟੋਡਰ ਮੱਲ ਦੀ ਹੈ ਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਯਾਰ ਸਾਰੀਆਂ ਦਿਖਾ ਕੇ ਲਿਆਉਂਦੇ, ਨਾਲੇ ਮੈਕੂ ਨੂੰ ਲੈ ਚੱਲਦੇ ਨਾਲ, ਹੈ ਨਾ ਮੈਕੂ ਏ? ਚਲੋ ਫਿਰ ਬਾਈ, ਬਾਕੀ ਬਾਈ ਸੁਬਾਹ ਦਾ ਇੰਨਾ ਹੀ ਕੱਟ, ਇਦੋਂ ਵੱਧ ਕੱਠ ਸੀਗਾ, ਹੁਣ ਮੈਂ ਕਿਹਾ ਵੀਰੇ ਤੁਸੀਂ ਟਰੈਕਟਰ ਨਾ ਕਰੀ, ਚਲੋ ਅਸੀਂ ਜਾਣਾ, ਮੱਥਾ ਵੀ ਟੇਕ ਕੇ ਆਉਣਾ ਸੀਗਾ, ਮੈਂ ਕਿਹਾ ਅਸੀਂ ਜਾਂਦੇ ਹਾਂ। ਮੈਕੂ ਏ ਓਏ ਕੀ ਕਰੀ ਜਾਂਦਾ ਏ ਪਾਪੇ, ਉਂਗਲਾਂ ਘਲਾਣ ਦੇ ਜੀ ਵਿੱਚ। ਲਓ ਬਾਈ ਮਿੱਤਰੋ, ਕਹਿੰਦੇ ਬਾਈਆਂ ਕੋਲੇ ਆਏ ਸੀ, ਹੋਰ ਬਾਈ ਕੀ ਹਾਲ ਚਾਲ ਆ ਸਾਰਿਆਂ ਦੇ? ਹਾਂ ਮਾੜਾ ਪਿੰਡ ਦੱਸ ਦਿਓ ਆਪਦਾ।
ਬਰਨਾਲਾ ਆ ਜਾ ਬਰਨਾਲੇ ਤੇਰੇ ਜ਼ਿਲ੍ਹੇ ਤੇ ਹੀ ਆ ਜੀ ਜੀ ਮੇਰੇ ਆ ਕਾਟਰ ਨੂੰ ਤਾਂ ਅਸੀਂ ਜਾਣਦੇ ਆ ਇਹਨਾਂ ਦਾ ਯਾਰੀ ਆ ਸਾਡੀ ਵਧੀਆ ਵਧੀਆ ਤੂੰ ਦੱਸ ਧੰਨਵਾਦ ਨਾ ਸੈਟ ਕੰਮ ਜਿਨ੍ਹਾਂ ਨੇ ਖਵਾ ਹਾਂ ਹੁਣ ਟ੍ਰੈਕਟਰ ਢਾਕਤਾ ਕੋਈ ਨਾ ਹੱਥ ਨੇ ਲਾਈਟਾਂ ਲੂਟਾਂ ਜਗਾ ਦੇਣੀਆਂ ਨਾਲੇ ਚਾਹ ਤਾਂ ਪੀ ਲਈਏ ਬਈ ਯਾਰ ਕਿੱਥੇ ਚੱਲਿਆ ਹੁਣ ਤੂੰ ਕਿੱਥੇ ਜਾਣਾ ਆਪਾਂ ਪਹਿਲਾਂ ਕਿੱਥੇ ਜਾਣਾ ਪਹਿਲਾਂ ਕਿਲਾ ਦੇਖ ਰਹੇ ਹਾਂ ਪੈਟਰੋ ਡਰਾਮ ਵਾਲੇ ਦੀ ਹਵੇਲੀ ਚਲੋ ਲਓ ਬਾਈ ਗਾਇਸ ਪਹਿਲਾਂ ਤੁਹਾਨੂੰ ਕਿਲਾ ਦਿਖਾਉਣੇ ਆ ਫਤਿਹਗੜ੍ਹ ਸਾਹਿਬ ਦਾ ਉਦੋਂ ਬਾਅਦ ਟੋਡਰ ਮੱਲ ਦੀ ਹਵੇਲੀ ਦਿਖਾਵਾਂਗੇ ਹਨਾ ਮੈਂ ਵੀ ਨਹੀਂ ਦੇਖੀ ਚਲੋ ਆਪਾਂ ਵੀ ਦੇਖ ਲਓ ਬਾਈ ਗਾਇਸ ਕਹਿੰਦੇ ਪਾਣੀ ਦੀਆਂ ਬੋਤਲਾਂ ਦਾ ਲੰਗਰ ਮੈਕੂ ਨੂੰ ਪਾਣੀ ਦੀ ਬੋਤਲ ਮਿਲ ਗਈ ਹਨਾ ਮੈਕੂ ਵਾਹ ਜੀ ਵਾਹ ਪਾਣੀ ਪਾਣੀ ਕੀਤਾ ਪਿਆ ਮਿੱਤਰੋ ਪਾਣੀ 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 ਕੀਤਾ ਪਿਆ ਮਿੱਤਰੋ ਪਾਣੀ ਪਾਣੀ ਵਾਹ ਜੀ ਵਾਹ ਆਪਾਂ ਮੂੰਗਫਲੀ ਲੈ ਲਈਏ ਖਾਂਦੇ ਜਾਵਾਂਗੇ ਹੌਲੀ ਹੌਲੀ ਜਾਂ ਕੁਛ ਹੋਰ ਖਾਂਦੇ ਮਿੱਤਰੋ ਭੁੱਖ ਜੀ ਲੱਗੀ ਪਈ ਹੈ ਚਾੜਪੜਾ ਕਰਾ ਰਿਹਾ ਖਾਣ ਨੂੰ ਚੇਤ ਕਰੀ ਜਾਂਦਾ ਸੀ ਪਤਾ ਕੀ ਗੱਲ ਆ ਵਾਹਵਾ ਦਿਨ ਹੋ ਗਏ ਕੋਈ ਖਾਧਾ ਨਹੀਂ ਯਾਰ ਗੋਲ ਗੋਲ ਗੱਪੇ ਜੇ ਜਾਂ ਕੁਛ ਜਾਂ ਭੱਲਾ ਭੁੱਲਾ ਜਾਂ ਅਤੇ ਬਾਕੀ ਹੁਣ ਕਿਲਾ ਦੇਖਣ ਚੱਲਿਆ ਤੁਹਾਨੂੰ ਵੀ ਦਿਖਾਉਂਦੇ ਹਾਂ ਲਓ ਬਈ ਮਿੱਤਰੋ ਕਹਿੰਦੇ ਕਿਲੇ ਜਾਂ ਐਂਟਰ ਹੋ ਗਏ ਕਿਲੇ ਜੋ ਹੈ ਇਹ ਕਿਲੇ ਦਾ ਇਤਿਹਾਸ ਵੀ ਇੱਥੇ ਲਿਖਿਆ ਹੋਊ ਕਿਤੇ ਹੈ ਨਾ ਅਤੇ ਹਜੇ ਆਪਾਂ ਤਾਂ ਪਹਿਲੀ ਵਾਰੀ ਆਏ ਆਪਾਂ ਨੂੰ ਤਾਂ ਪਤਾ ਨਹੀਂ ਗਾ ਵਾਹ ਜੀ ਵਾਹ ਸੋਹੀ ਲੈ ਕੇ ਆਇਆ ਸਾਨੂੰ ਤਾਂ ਉਹ ਕਿੱਧਰ ਗਏ ਦੂਜੇ ਜਵਾਕ ਦੇ ਆ ਕਿਲੇ ਦਾ ਇਤਿਹਾਸ ਦੱਸ ਕੇ ਮਾੜਾ ਜਿਹਾ ਕਿਲੇ ਦਾ ਇਤਿਹਾਸ ਤਾਂ ਪਤਾ ਨਹੀਂ ਇੱਥੇ ਫਿਲਮਾਂ ਬਣੀਆਂ ਦੋ ਤਿੰਨ ਉਹ ਤਾਂ ਪਤਾ ਸਾਨੂੰ ਮੇਰੇ ਵਰਗੇ ਇਤਿਹਾਸ ਲਿਖਿਆ ਵਾ ਉੱਥੇ ਪੜਾ ਦੀ ਹਾਂ ਜਿੱਥੇ ਲਿਖਿਆ ਵਾ ਉੱਥੇ ਪੜਾ ਦਾਂਗੇ ਬਸ ਠੀਕ ਆ ਲਓ ਬਈ ਕਿਲੇ 'ਚ ਕਹਿੰਦੇ ਟੈਂਟ ਟੁੰਟ ਲੱਗੇ ਪਿਆ ਪੂਰਾ ਤਾਮਾ ਜਾਮਾ ਫੱਟ ਫੱਟ ਹੋਇਆ ਪਿਆ ਕਿਲਾ ਵੀ ਵਿਚਾਰਾ ਢਿਆ ਜਾ ਪਿਆ ਹਨਾ ਤੇ ਜਾਂ ਤਾਂ ਪੁਰਾਣੀਆਂ ਚੀਜ਼ਾਂ ਦੀ ਮੁਰੰਮਤ ਕਰਨੀ ਚਾਹੀਦੀ ਆ ਹਨਾ ਯਾਰ ਜਿਹੜਾ ਢਿਆ ਜਾ ਪਿਆ ਨਾ ਸਾਂਭ ਸੰਭਾਲ ਵੀ ਚਾਹੀਦੀ ਆ ਅਤੇ ਬਾਕੀ ਇੱਧਰ ਦੇਖਦੇ ਹਾਂ ਕੀ ਆ ਇਹ ਕੀ ਚੀਜ਼ ਹੈ ਇੱਧਰ ਸਾਰੇ ਜਾਣੇ ਜਾਈ ਜਾਂਦੇ ਆ ਪੁਰਾਣੀ ਮਾਇਆ ਥਾਂ ਕੀ ਜਗਾੜ ਹੈ ਇੱਧਰ ਕੋਈ ਬਾਈ ਹੋਊਗਾ ਵੀ ਰੇਟ ਹੈ ਕੰਮ ਉੱਧਰ ਚਲੋ ਬਾਈ ਲਓ ਬਾਈ ਮਿੱਤਰੋ ਕਹਿੰਦੇ ਕਬੱਡੀ ਕਬੱਡੀ ਕੰਮ ਹੋਇਆ ਪਿਆ ਹੈ ਕੰਮ ਮੁੱਦਾ ਭੁੱਖਿਆ ਪਿਆ ਹੈ ਭੁੱਖਿਆ ਪਿਆ ਮੁੱਦਾ ਕਹਿੰਦੇ ਕਬੱਡੀ ਚੱਲੀ ਜਾਂਦੀ ਆ ਮੈਂ ਕਿਹਾ ਪਤਾ ਨਹੀਂ ਕੀ ਚੱਲੀ ਜਾਂਦਾ ਇੰਨਾ ਇਕੱਠ ਜਾਂ ਕਾਹਤੋਂ ਤੇ ਜਨਤਾ ਤਾਂ ਇੱਕ ਦੂਜੇ ਨਾਲ ਖੇਡੋ ਖੇਡ ਹੋਈ ਪਈ ਆ ਬਾਈ ਹੈ ਬਾਹ ਹੈ ਕਰੇਡ ਹੋਈ ਹੈ ਕੋਈ ਨਾ ਦੁਬਾਰਾ ਬੰਨ ਦੂ ਮੈਂ ਬੰਨ ਦੂੰਗਾ ਲਓ ਬਾਈ ਮਿੱਤਰੋ ਕਹਿੰਦੇ ਲੈ ਕਹਿੰਦੇ ਕਿਲੇ 'ਚ ਕਬੱਡੀ ਵਾਲਾ ਮਾਹੌਲ ਹੋਇਆ ਪਿਆ ਮੁੱਦਾ ਭਖਿਆ ਪਿਆ ਫਿਰ ਆ ਗੱਲਬਾਤ ਹੈ ਆਇਆ ਆਇਆ ਇਹ ਹੋ ਗਿਆ ਹੋ ਗਿਆ ਵਾਹ ਜੀ ਵਾਹ ਵਾਹ ਜੀ ਵਾਹ ਲੜਨਾ ਪਿਓ ਚੋਬਰੋ ਲੜਨਾ ਪਿਓ ਲੜਨਾ ਪਿਓ ਆ ਗਿਆ ਬਈ ਆ ਗਿਆ ਆ ਗਿਆ ਆ ਗਿਆ ਆ ਗਿਆ ਚੱਲ ਲਓ ਬਈ ਕਹਿੰਦੇ ਆ ਪੁਰਾਣਾ ਮਹਿਲ ਆ ਇੱਥੇ ਕਹਿੰਦੇ ਰਾਜੇ ਰਾਜੀਆਂ ਰਾਜਾ ਰਾਜੇ ਤੇ ਰਾਣੀਆਂ ਇੱਥੇ ਬਾਂਟੇ ਖੇਡਦੇ ਹੁੰਦੇ ਸੀ ਬਾਈ ਉਦੋਂ ਦਾ ਇੱਥੇ ਦੂਜੇ ਬਾਂਟੇ ਖੜਾਉਂਦਾ ਹੁੰਦਾ ਸੀ ਰਾਜਾ ਰਾਣੀਆਂ ਨੂੰ ਹਨਾ ਯਾਰ ਗੁੱਤੀ ਪਾਉਣਾ ਖੇਡਦੇ ਹੁੰਦੇ ਸੀ ਰਾਜਾ ਬ੍ਰਹਮਪਰਾ ਪਾ ਦਿੰਦਾ ਹੁੰਦਾ ਜੀ ਤਾਂ ਕਰਕੇ ਕਾਪਲਾ ਹੋ ਜਾਂਦਾ ਇਹ ਛੋਟੇ ਮੁੰਡੇ ਨੇ ਲਾਇਆ ਸੀ ਰਾਜੇ ਨੇ
ਨਾ ਭਗਾਈ ਨਾ ਮਾਰੋ ਯਾਰ। ਚਲੋ ਬਾਈ ਸਹੀ ਤਾਂ ਮਜ਼ਾਕ ਚੱਲ ਰਿਹਾ ਸੀ। ਚਾਚਾ ਕਹਿੰਦਾ ਮੇਰੀ ਫੋਟੋ ਲਓ ਬਾਈ ਗਾਈਸ, ਕਹਿੰਦੇ ਕਲੱਚ ਕਰਤਾ ਫਿਰ ਸੀੜੀ ਵਾਲੇ ਦਾ। ਚਲੋ ਕੋਈ ਗੱਲ ਨਹੀਂ, ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਮਸ਼ੀਨਾਂ ਦਿਖਾਉਂਦੇ ਨਾਲ ਟਰੈਕਟਰ ਟਰੂਟਰ ਘੈਂਟ ਘੈਂਟ ਜੀ, ਠੀਕ ਆ, ਜਿਹੜੇ ਵੀ ਇੱਥੇ ਮਸ਼ਹੂਰੀ ਕੀਤੀ ਵੀ ਐਡਵਰਟਾਈਜ਼ਮੈਂਟ ਆ, ਉਹੀ ਉਹੀ ਜਿਹੜਾ ਇਹਨੇ ਕਿਹਾ ਜੋਡੀਅਰ ਦੀ ਮਸ਼ੀਨ ਖੜੀ ਆ ਇੱਥੇ, ਤੇ ਇੱਕ ਹੋਰ ਪਤਾ ਨੀ ਛੋਟੀ ਜਿਹੀ ਨਗਲੀ ਜੀ ਕੰਪਨੀ ਹੈ ਕੋਈ ਉਹਦੀਆਂ ਮਸ਼ੀਨਾਂ ਨੇ ਦੋ, ਕੋਈ ਵੱਡਾ ਕੋਈ ਸਵਰਾਜ ਫੋਨਾਂ ਲੀਕਾ ਕੁਛ ਵੀ ਨਹੀਂ, ਕੋਈ ਇਦਾਂ ਦੇ ਹੈ ਨਹੀਂ, ਕੁਛ ਵੀ ਨਹੀਂ ਆਇਆ ਜੀ ਭਾਈ। ਤੁਹਾਨੂੰ ਦਿਖਾਵਾਂਗੇ ਘੈਂਟ ਘੈਂਟ ਚੀਜ਼ਾਂ ਮਾਘੀ ਦੇ ਮੇਲੇ ਤੇ ਮੌਕਰ, ਉੱਥੇ ਸਾਰੀ ਵਰਾਇਟੀ ਹੁੰਦੀ ਆ ਬਾਈ, ਉੱਥੇ ਤੁਹਾਨੂੰ ਦਿਖਾਵਾਂਗੇ। ਤੇ ਹੁਣ ਬਾਈ ਦੁੱਧ ਪੀ ਕੇ ਹਟੇ ਆ, ਬਦਾਮਾਂ ਆਏ ਹਾਏ ਹਾਏ, ਨਾਲ ਖਿਚੜੀ ਖਾਧੀ, ਸਿਰਾ ਗੱਲਬਾਤ ਹੋ ਗਈ, ਤੇ ਹੁਣ ਤੁਹਾਨੂੰ ਜੋ ਵੀ ਲੰਗਰ 'ਚ ਖਾਵਾਂ ਪੀਵਾਂਗੇ ਦਿਖਾਵਾਂਗੇ। ਮੈਨੂੰ ਐਂ ਵੀ ਕਿ ਮਸ਼ੀਨਾਂ ਮਸ਼ੀਨਾਂ ਦਿਖਾ ਦੇਵੇ, ਮਸ਼ੀਨਾਂ ਦਿਖਾਵਾਂਗੇ ਪਰ ਦੋਵੇਂ ਮਸ਼ੀਨਾਂ ਹੋਣਗੀਆਂ। ਕੌਫੀ ਪੀ ਉਹਨੇ ਬ੍ਰਿਸ਼ਟ ਵਾਲਿਆਂ ਦੇ ਹੋਰ ਧੱਕੀ, ਪਰ ਲੰਗਰ ਬਹੁਤ ਚੱਲੀ ਜਾਂਦੇ ਆ, ਇਹ ਕੌਫੀਆਂ ਕਿੱਥੇ ਸਵਾਦ ਲੱਗਦੀਆਂ ਬਾਈ। ਹੁਣ ਦੁੱਧ ਦੇ ਮੂਹਰੇ ਹੈ, ਤੇ ਬਾਕੀ ਮਿੱਤਰੋ ਹੋ ਗਿਆ ਹਨੇਰਾ। ਆਹ 100-100 ਰੁਪਏ ਦੇ ਕੋਟ ਤੇ ਲੋਹਰਾਂ ਮਿਲੀ ਜਾਂਦੀਆਂ ਸਾਡੇ ਯਾਰ, ਸੋਹੀ ਨੇ ਲੋਹਰਾਂ ਲਈਆਂ 100-100 ਵਾਲੀਆਂ, 100-100 ਵਾਲੀਆਂ, 3-4 ਲੈ ਲਈਆਂ, ਹੁਣ ਪਿੰਡ ਜਾ ਕੇ ਹਵਾ ਮਾਰੂਗਾ ਵੀ 8-8-9-9 ਦੀਆਂ ਲਿਆਂਦੀਆਂ। ਉਹ ਦੇਖਣ ਨੂੰ ਮਹਿੰਗੀਆਂ ਲੱਗਦੀਆਂ ਪਰ ਹੈ ਜਮੀ ਰੱਦੀ ਮਾਲ। ਹਾਂ, ਤੇ ਬਾਕੀ ਆਪਾਂ ਮੈਕੂ ਨੂੰ ਹੁਣ ਦਵਾਉਣੇ ਖਿਡਾਉਣੇ, ਠੀਕ ਆ, ਮੈਕੂ ਖਾਣੇ ਲੈਣੇ ਆਏ, ਮੈਕੂ ਆਇਆ ਬੂਟ, ਮੈਕੂ ਬੂਟ ਓਏ ਲੈ ਬਾਈ, ਮੈਕੂ ਵਾਸਤੇ ਬੂਟ ਲੈ ਲਈਏ, ਨਿੱਕੇ ਨਿੱਕੇ ਬੂਟ ਲਓ ਬਾਈ। ਮਿੱਤਰੋ ਕਹਿੰਦੇ ਮਸ਼ੀਨਾਂ ਲੈਣੇ, ਪ੍ਰਮੋਸ਼ਨਾਂ ਐਤਕੀ ਕੀਤੀਆਂ ਨੀ ਵਾਲੀਆਂ, ਚੱਲ ਇੱਕ ਸੀਗੀ, ਕਿਹੜੀ ਆ ਇਹ ਜ਼ਿਮੀਦਾਰ ਆ, ਇਹ ਕਹਿੰਦੇ ਮਸ਼ੀਨ 4 ਪੱਖਿਆਂ ਵਾਲੀ ਆ, ਮੈਂ ਸੁਣਿਆ ਉਹੀ ਆ ਕਿ ਹੋਰ ਆ ਇਹ, 3-30 ਦੀ ਆ ਬਾਈ। ਬਾਕੀ ਮਾਘੀ ਮੇਲੇ ਤੇ ਦਿਖਾਵਾਂਗੇ ਮਿੱਤਰੋ ਤੁਹਾਨੂੰ ਮਸ਼ੀਨਾਂ ਮਸ਼ੂਨਾਂ। ਹਾਂ, ਡਬਲ ਪਲੇਟ ਆ ਇਹ, ਬਾਕੀ 3 ਪੱਖਿਆਂ, ਇਹ ਤਾਂ 2 ਪੱਖਿਆਂ ਵਾਲੀ ਆ, ਇਹ ਪੱਖੇ ਹੀ 2 ਆ, ਤਾਂ ਤੂੰ ਤਾਂ ਕਹਿ ਛੋਟੀ ਆ, ਇਹ ਛੋਟੀ ਆ, 3-30 ਦੀ ਆ ਬਾਈ। ਕਹਿੰਦਾ ਮੈਂ ਤਾਂ ਵੇਖ ਲਿਆ ਫਿਰ, ਸਾਨੂੰ ਐਵੇਂ ਪੁੱਛੀ ਆ, ਅਸੀਂ ਤਾਂ ਦੇਖ ਲਿਆ। ਟੂਲ ਬਾਕਸ ਵੀ ਲੱਗਿਆ ਇਹ 'ਚ, ਬੰਦਾ MP ਲੈ ਕੇ ਜਾਵੇ ਇਹ 'ਚ ਰੁਪਈਏ ਭਰ ਕੇ ਫੁੱਲ ਲਿਆਊਗਾ ਜੇ ਕੋਈ ਚਲਾਉਣ ਵਾਲਾ ਹੋਵੇ ਤਾਂ। ਹਾਂ, ਜੇ ਮੇਰੇ ਵਰਗੇ ਨੇ ਕੱਲੇ ਪਿੰਡ ਹੀ 50 ਟਰਾਲੀਆਂ ਬਣਾਉਣੀਆਂ ਫਿਰ ਤਾਂ ਬਸ ਬਾਈ। ਕਹਿੰਦੇ ਲੋਹਾ ਹੋ ਗਿਆ ਮਹਿੰਗਾ, ਮੇਰੇ ਹਿਸਾਬ ਨਾਲ 1,20,000 ਦੀਆਂ ਤਵੇਗਾ, ਇੰਨਾ ਮਹਿੰਗਾ ਸੰਦ ਪੈੜਾ ਹੋ ਗਿਆ, ਉਹ ਵੀ 18 ਦਾ ਸੈੱਟ, ਉਹ ਵੀ 18 ਦਾ ਬਾਈ, ਤੇ ਬੰਦਾ ਯਾਰ ਖੇਤੀ ਵਾਲਾ ਕਰੂਗਾ ਕੀ ਬਾਈ ਯਾਰ, ਹੈਂ, ਔਖਾ ਹੀ ਆ ਕੰਮ। ਚਲੋ ਕੱਟਾਂ ਉਹ ਤਾਂ ਬਾਈ 2-4 ਕਿੱਲੇ ਜਿਹਦੇ ਕੋਲ ਹੈਗੇ ਆ, ਉਹ ਤਾਂ ਫਿਰ ਗਹਿਣੇ ਕਰਨੇ ਪੈਣਗੇ ਫਿਰ ਸਾਨੂੰ ਦੋਣਗੇ ਸਾਰੇ, ਹੈ ਨਹੀਂ ਸਹੀ ਗੱਲ ਆ, 3-30 ਦੀ ਤਾਂ ਮਸ਼ੀਨ ਹੀ ਆ, ਔਖਾ ਕੰਮ ਸਾਡੇ ਬਾਈ ਯਾਰ ਦਾ ਵੱਟਾਂ ਵਾਲਾ, ਭੈਣ 23,000 ਦਾ ਤਾਂ ਵੱਟਾਂ ਵਾਲਾ ਹੀ ਆ, ਔਖਾ ਬਾਈ, ਮੈਂ ਤਾਂ ਜਿੰਦਰੀ ਨਾਲ ਪਾਲੂੰਗਾ, ਹੱਥ ਵਾਲੀ ਨਾਲ ਮੋਟੇ ਨੂੰ ਬੁਲਾ ਲਿਆ ਕਰਾਂਗੇ, ਖਿੱਚੀ ਚੱਲ। ਹਾਂ ਸਹੀ ਗੱਲ ਆ, ਆ ਦੇਖੋ ਆਹ ਦੇਖੋ ਮਿੱਤਰੋ, ਕਹਿੰਦੇ ਜੌਂਡੀਅਰ ਵਾਲਿਆਂ ਦੀ ਮਸ਼ੀਨ ਆ ਇਹ, ਉਹ ਕੈਮਨ ਕੂਮਨ ਜਿਹਾ ਲਾਇਆ ਨੀ ਇਹਦੇ, ਹੋਏ ਛੋਟਾ ਮਾਡਲ ਆ ਬਾਈ ਇਹ, ਰੇਟ ਰੂਟ ਤਾਂ ਲਿਖਿਆ ਨੀ, ਚੜ੍ਹਨ ਨੂੰ ਦੇਖੋ ਜਗਾੜ ਕਿੱਡਾ ਤਕੜਾ ਇਹ, ਲੈ ਕਿਉਂ ਹੋਵੇ
ਮਿੱਤਰੋ ਜਿਵੇਂ ਆਪਣੇ ਵਾਲੀ ਥਾਰ ਚ ਨੀ ਯੂਰੀਆ ਪੈਂਦਾ ਉਵੇਂ ਇਹਦੇ ਚ ਯੂਰੀਆ ਪੈਂਦਾ ਲੋਹੇ ਦਾ ਏ ਇਹ ਪਲਾਸਟਿਕ ਦੀਆਂ ਹੀ ਲਾਉਂਦੇ ਆ ਬਈ ਟੈਂਕੀਆਂ ਕਿੰਨਾ ਲੀਟਰ ਤੇਲ ਪੈ ਜਾਂਦਾ ਇਹ ਚ ਬਈ ਪਤਾ ਕੁਛ ਕਿ ਨਹੀਂ ਲੈ ਤੁਹਾਨੂੰ ਦਿਖਾਉਂਦੇ ਆ ਮਿੱਤਰੋ ਇੰਜਣ ਚੈੱਕ ਕਰੋ ਪਹਿਲਾਂ ਤਾਂ ਟਰਬੋ ਟਰਬੋ ਲੱਗੀ ਕਹਿੰਦੇ ਲੈ ਸਰਾ ਗੱਲ ਬਾਤ ਹੈ ਵਾਹ ਜੀ ਵਾਹ ਇਹ ਟਰਬੋ ਲਾਉਣ ਵਾਲੀ ਆ ਮਿੱਤਰੋ ਹੋਰ ਤਾਂ ਕੰਮ ਠੀਕ ਆ ਕਿੰਨੇ ਨੰਬਰ ਟਰਬੋ ਲਾ ਲਈਏ ਜੇ ਆਪਾਂ ਆ ਬਈ ਅਲਟਰਨੇਟਰ ਕਿੰਨੇ ਅੰਪੇਅਰ ਦਾ ਲਾਤਾ ਇਹ 90 ਅੰਪੇਅਰ ਦਾ ਲਾਤਾ ਅਲਟਰਨੇਟਰ ਕਹਿੰਦੇ ਬੈਲਟ ਵੀ ਬਾਈ ਦੂਜੀ ਪਾਈ ਵੀ ਆ ਦੰਦਿਆਂ ਵਾਲੀ BS4 ਇੰਜਨ ਹੈ ਇਹ ਇੰਜਨ ਘੈਂਟ ਆ ਹਨਾ ਕਿੰਨੇ ਸਿਲੰਡਰ ਆ ਸਿਲੰਡਰ ਦਾ 6 ਹੋਊਗਾ ਇਹ ਜੇ ਟਰੈਕਟਰ ਦੇ ਲਾਲ ਕੇ ਨਹੀਂ ਟਰਬੋ ਤਾਂ ਇੱਕ ਹੀ ਲੱਗੀ ਆ ਦੋ ਲੱਗੀਆਂ ਬਾਈ ਧੂਆ ਕਾਹਦਾ ਕੱਢਣਾ ਯੂਰੀਆ ਤਾਂ ਪੈਂਦਾ ਯੂਰੀਏ ਨਾਲ ਧੂਆਂ ਨਿਕਲ ਦਿੰਦਾ ਇਹ ਤਾਂ ਬਾਈ ਬਾਹਲੀ ਤਕੜੀ ਚੀਜ਼ ਹੈ ਲਓ ਬਈ ਮਿੱਤਰੋ ਕਹਿੰਦੇ ਆ ਦੀਵਾਨ ਵਾਲਿਆਂ ਦੀ ਹੈ ਇਹ ਮਸ਼ੀਨ ਕਿਵੇਂ ਆ ਇਹ 930 ਤੇ ਉਹ ਵੀ 930 ਦੋਨੇ 930 ਹੀ ਰੱਖੀ ਬੈਠੇ ਬਾਈ ਹੈ ਵਾਟਰ ਕੂਲਰ ਨੂੰ ਵੀ ਦਿੱਤਾ ਵਾ ਬਾਈਆਂ ਨੇ ਸਟੈਂਡ ਕਹਿੰਦੇ ਵਾਟਰ ਕੂਲਰ ਭਰ ਕੇ ਉੱਤੇ ਹੀ ਬਹਿ ਜਾਓ ਤੇ ਨਾਲ ਰੱਖ ਲਓ ਬੋਤਲ ਕਹਿਣ ਦਾ ਮਤਲਬ ਫਿਰ ਬਾਈ ਮਸ਼ੀਨ ਡਰਾਈਵਰਾਂ ਨੂੰ ਤਾਂ ਫਿਰ ਰੱਖਣਾ ਹੀ ਪੈਂਦਾ ਸਮਾਨ ਹਨਾ ਆਈ ਰੰਗ ਵੀ ਦੇਖ ਕਾਲਾ ਮਸ਼ੀਨ ਦਾ ਰੰਗ ਬਲੈਕ ਗ੍ਰੇ ਜਾਂ ਰੰਗ ਆ ਮਿੱਤਰੋ ਮਿੱਟੀ ਰੰਗਾ ਉਹ ਮਿੱਟੀ ਰੰਗ ਕਹਿੰਦਾ ਆਹ ਦੇਖ ਲਓ ਜੇ ਜਾਂ ਸ਼ੋਅ ਦਾ ਨਹੀਂ ਹੁੰਦਾ ਉਹਦਾ ਹੁੰਦਾ ਦੂਜੇ ਦਾ ਇੰਜਨ ਦਾ ਰੰਗ ਹੁੰਦਾ ਸਵਰਾਜ ਦਾ ਉਹ ਰੰਗ ਆ ਆਹ ਦੇਖ ਲਓ ਬਾਈ ਲੱਕੀ ਨੂੰ ਪੱਕੀ ਗੱਲ ਆ ਤੂੰ ਪਹੁੰਚਿਆ ਘਰੇ ਕਿਉਂ ਨੀ ਰਿਹਾ ਤੂੰ 100 ਦੇ 2 100 ਦੇ 4 ਬਾਈ ਯਾਰ ਇੰਨੇ ਸਸਤੇ ਕੱਪੜੇ ਲੈ ਲਿਆ ਬਾਈ ਇਕੱਠਾ ਹੀ ਰੁਪਿਆ 150 ਲਾਤਾ ਬਾਈ ਬਾਲਾ ਤਕੜਾ ਸੋਟਾ ਜਵਾਕ ਵਾਲੀਆਂ ਹਰਕਤਾਂ ਤੇ ਆ ਗਿਆ ਜਵਾਕ ਹੈ ਯਾਰ ਤੂੰ ਆਹ ਦੇਖ ਇਹਨੂੰ ਮਜੀਤੋ ਬੀਣ ਤੋਂ ਬਿਨਾਂ ਹੋਰ ਕੋਈ ਕੰਮ ਨੀ ਹਾਂ ਬਾਈ ਆਪਾਂ ਜੋਤੀ ਸਰੂਪ ਕੋਲ ਆ ਗਏ ਕਰੋ ਦਰਸ਼ਨ ਬਾਈ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ ਵਾਹ ਮੇਰਾ ਮਾਲਕਾ ਸੁੱਖ ਕੱਠ ਦੇਖੋ ਪੂਰਾ ਆਪਾਂ ਖਰਾਬ ਪਿਆ ਮਾਹੌਲ ਅੱਜ ਪਹਿਲਾ ਦਿਨ ਆ ਜੇ ਅੱਛਾ ਆਪਾਂ ਐਵੇਂ ਇੰਨੇ ਦਿਨ ਪਹਿਲਾਂ ਆ ਗਏ ਅੱਜ ਪਹਿਲਾ ਦਿਨ ਆ ਬਾਈ 28 ਤਰੀਕ ਨੂੰ ਕਹਿੰਦਾ ਮਤਲਬ ਹਨਾ 28 ਨੂੰ ਭੋਗਾ ਮੈਂ ਕੱਲ ਨੂੰ ਜਾਣਾ ਕਹਿੰਦੇ ਆ ਯਾਰ ਨਾ ਬਾਈ ਕੱਲ ਨੂੰ ਨਹੀਂ
ਪਰਸੋਂ ਨੂੰ ਜਾਣਾ ਚਾਬੀ ਕੋਲਾ ਟਰੈਕਟਰ ਦੀ ਚਾਬੀ ਦੇ ਦੇਣਾ ਤੇ ਐਂ ਕਰਨਾ ਪੈਣਾ ਯਾਰ ਨਹੀਂ ਤੇ ਟਰੈਕਟਰ ਪਿਆ ਸੀ ਢਾ ਗਿਆ ਤੇ ਬੰਦੇ ਕਹਿੰਦੇ ਨਾ ਆ ਕੇ ਬਾਈ ਬਣ ਕੇ ਟਰੈਕਟਰ ਇੱਟਾ ਚਲਾ ਕੇ ਦਿਖਾਓਗੇ ਕੱਟ ਦੇ ਦੇ ਲੋ ਫੇਰ ਉਹਨਾਂ ਹੀ ਹੋ ਗਿਆ ਕੱਟ ਹੈ ਭੁੱਖਾ ਹੋ ਗਿਆ ਬਾਈ ਮੋਈ ਮਾੜਾ ਯਾਰ ਕਿਉਂ ਚਾਚਾ ਹਾਂ ਕਵੇਂ ਆਏ ਸੈਟਾ ਕੰਮ ਹੋਰ ਬਾਈ ਇਹ ਕਹਿੰਦੇ ਟਰੈਕਟਰ ਸਾਨੂੰ ਜਗਾ ਕੇ ਦਿਖਾਓ ਮੈਂ ਕਿਹਾ ਜਗਾ ਦਿੰਦੇ ਹਾਂ ਹਾਂ ਮੋਟੇ ਕੀ ਹਾਲ ਚਾਲ ਹੈ ਠੀਕ ਹੈ ਮੁੜ ਕੇ ਕਹਿੰਦੇ ਟਰੈਕਟਰ ਜਨਮ ਵੀ ਕਰੋ ਲਓ ਬਾਈ ਗਾਈਸ ਕਹਿੰਦੇ ਲੰਗਰ ਛਕਣ ਆ ਗਏ ਸੀ ਵਾਹ ਜੀ ਵਾਹ ਕਿਆ ਬਾਤ ਹੈ ਠੀਕ ਹੈ ਓਕੇ ਦੀ ਰਿਪੋਰਟ ਸ਼ਾਸਤਰ ਕੇ ਦਿਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਦਲੇ ਮਲੇ ਵਾਹ ਜੀ ਤੇ ਜੇ ਬਾਈ ਗਲਤ ਲੈਣ ਬੋਲੀ ਗਈ ਤਾਂ ਸੋਰੀ ਕਿਉਂਕਿ ਹੁਣ ਪਤਾ ਨੀ ਲੱਗ ਰਿਹਾ ਹਨਾ ਤੇ ਬਦਾਮਾਂ ਵਾਲਾ ਦੁੱਧ ਪਹਿਲਾਂ ਆਪਣੇ ਬੰਦੇ ਅੱਧੇ ਗਵਾਚ ਗਏ ਮਿੱਤਰੋ ਤੇ ਇੱਥੇ ਆਹ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀ ਠੰਡੇ ਬੋਰਡ 'ਚ ਰਹਿ ਗਿਆ ਸੀ ਉੱਥੇ ਚੱਲ ਕੇ ਅੱਜ ਟੇਕ ਕੇ ਆਉਣਾ ਹਾਂ ਇੱਧਰ ਦੀਵਾਨ ਲੱਗਿਆ ਵਾ ਤੇ ਕਰੋ ਬਈ ਦਰਸ਼ਨ ਠੰਡੇ ਬੁਰਜ ਦੇ ਧੁੰਦ ਜੀ ਹੋ ਗਈ ਹੈ ਨਾ ਯਾਰ ਬਈ ਠੰਡ ਵੀ ਇੰਨੀ ਆ ਨਾ ਬਈ ਕਹਿੰਦੇ ਭੀੜ ਭੜੱਕੇ ਹੀ ਬਹੁਤ ਹੈ ਚਲੋ ਜਦੋਂ ਲੈਣ ਖੁੱਲ ਗਈ ਹੁਣ ਹਾਂ ਤਾਂ ਫਿਰ ਵੀ 12 ਵੱਜ ਗਏ ਕਿਉਂ ਬਈ ਚਾਚਾ ਅੱਗ ਸੇਕ ਰਹੇ ਆ ਠੰਡ ਲੱਗ ਰਹੀ ਆ ਇਹਨੂੰ ਤਾਂ ਲੱਗਦੀ ਨਹੀਂ ਇਹਦਾ ਅੱਧੀਆਂ ਬਾਹਵੇਂ ਤੁਰਿਆ ਫਿਰਦਾ ਚੋਬਰ ਬਾਕੀ ਚਲੋ ਠੀਕ ਆ ਮਿੱਤਰੋ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸ਼ੱਕਰ ਪਾਈ ਚੈਨਲ ਨੂੰ ਕਰ ਦਿਓ ਸ਼ੱਕਰ 12 ਸ਼ੱਕਰ 12 ਬਾਏ ਬਾਏ